ਸਵਾਗਤ ਹੈ ਤੁਹਾਡਾ ਸਭ ਦਾ ਤੁਹਾਡੇ ਆਪਣੇ YouTube ਚੈਨਲ ਦੇ ਵਿੱਚ ਜਿਸ ਦਾ ਨਾਮ ਹੈ ਅਮਿਤ ਜਿੰਦਲ ਦੋਸਤੋ ਜੇਕਰ ਤੁਸੀਂ ਮੇਰੇ ਚੈਨਲ ਦੇ ਉੱਪਰ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਤੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਕਰੋ ਪੰਜਾਬੀ ਵਿਸ਼ੇ ਦੀ ਤਿਆਰੀ ਤੁਸੀਂ ਮੇਰੇ ਇਸ YouTube ਚੈਨਲ ਦੇ ਉੱਪਰ ਕਰ ਸਕਦੇ ਹੋ ਅ ਪਿਛਲੀ ਵੀਡੀਓ ਦੇ ਵਿੱਚ ਗੱਲ ਕੀਤੀ ਸੀ ਉੱਤਰ ਨਾਨਕ ਕਾਲ ਦੀ ਬੀਰ ਕਾਵਤਾਰਾ ਦੇ ਬਾਰੇ ਜਿਹਦੇ ਵਿੱਚ 10 ਪ੍ਰਸ਼ਨ ਕਿਤੇ ਸੀ ਅਜੋ ਹੀ ਵੀਡੀਓ ਅੱਗੇ ਕਰਦੇ ਹਾਂ ਜੀ 11 ਤੋਂ ਲੈ ਕੇ 20 ਤੱਕ ਪ੍ਰਸ਼ਨ ਇਸ ਵਿੱਚ ਕੰਪਲੀਟ ਕਰਾਂਗੇ 11ਵਾਂ ਪ੍ਰਸ਼ਨ ਹੈ ਜੀ ਹੇਠ ਲਿਖਿਆਂ ਵਿੱਚੋਂ ਵਾਰ ਵਿੱਚ ਕਿਹੜੇ ਤਿੰਨ ਪੱਖ ਖ ਜ਼ਿਆਦਾ ਜ਼ਰੂਰੀ ਹੁੰਦੇ ਹਨ ਹਾਂਜੀ ਜ਼ਿਆਦਾ ਜ਼ਰੂਰੀ ਹੁੰਦੇ ਹਨ ਊੜਾ ਜਰ ਜ਼ੋਰੂ ਜ਼ਮੀਨ ਅੜਾ ਸਮਾਸਥਾਨ ਕਾਰਜ ਈੜੀ ਮੰਗਲਾਚਰਨ ਵਸਤੂ ਵਿਧਾਨ ਤੇ ਮਹਾਤਮ ਸਸਾ ਉਪਰੋਕਤ ਵਿੱਚੋਂ ਕੋਈ ਨਹੀਂ ਹਾਂਜੀ ਸਹੀ ਉੱਤਰ ਹੈ ਜੀ ਦਾ ਏਡੀ ਮੰਗਲਾਚਰਨ ਵਸਤੂ ਵਿਦਾਨ ਵਸਤੂ ਵਿਦਾਨ ਦੇ ਵਿੱਚ ਆ ਜਾਂਦੇ ਨੇ ਜੀ ਸ਼ੰਕਾ ਪੱਖ ਸੰਘਰਸ਼ ਪੱਖ ਅਤੇ ਸਮਾਧਾਨ ਪੱਖ ਤੇ ਅਖੀਰ ਦੇ ਵਿੱਚ ਆਉਂਦਾ ਜੀ ਮਹਾਤਮ ਤਾਂ ਜਦ ਮੈਂ ਚੰਡੇ ਦੀ ਵਾਰ ਦੇ ਵਿੱਚ ਜਦੋਂ ਪ੍ਰਸ਼ਨ ਕਰ ਰਿਹਾ ਸੀ ਉਦੋਂ ਮੈਂ ਪ੍ਰਸ਼ਨ ਪੁੱਛਿਆ ਸੀ ਇਹ ਕਿ ਕਿਹੜੀ ਚੀਜ਼ ਕਿੱਥੇ ਆਉਂਦੀ ਹੈ ਤਾਂ ਮੰਗਲਾਚਰਨ ਆ ਜੀ ਕਿਸੇ ਵੀ ਵਾਰ ਦੇ ਵਿੱਚ ਪਹਿਲਾਂ ਆਉਂਦਾ ਹੋ ਤੇ ਮਹਾਤਮ ਵਾਰ ਦੇ ਅਖੀਰ ਦੇ ਵਿੱਚ ਆਉਂਦਾ ਹੈ ਤੇ ਬਚਾਲੇ ਆਉਂਦਾ ਜੀ ਵਸਤੂ ਵਿਧਾਨ ਜਿਹਦੇ ਵਿੱਚ ਸ਼ੰਕਾ ਪੱਖ ਸ਼ੰਕਰਸ਼ ਪੱਖ ਤੇ ਸਮਾਧਾਨ ਪੱਖ ਬਾਰੇ ਚਰਚਾ ਕੀਤੀ ਜਾਂਦੀ ਹੈ ਇਹ ਵਾਰ ਦੇ ਤਿੰਨ ਜ਼ਰੂਰੀ ਪੱਖ ਨੇ ਅੱਗੇ ਕਰਦੇ ਹਾਂ ਜੀ 12ਵਾਂ ਪ੍ਰਸ਼ਨ ਦੋਸਤੋ ਜੇਕਰ ਇਹਨਾਂ ਪ੍ਰਸ਼ਨ ਨੂੰ ਤੁਸੀਂ ਧਿਆਨ ਨਾਲ ਸਮਝੋਗੇ ਤਾਂ ਤੁਹਾਡੇ इजीली ਯਾਦ ਹੋ ਜਾਣਗੇ 12ਵਾਂ ਪ੍ਰਸ਼ਨ ਹੈ ਜੀ ਵਾਰ ਨਾਦਰ ਸ਼ਾਹ ਵਿੱਚ ਸੰਘਰਸ਼ ਪੱਖ ਤਾਂ ਹੁਣ ਸੰਘਰਸ਼ ਪੱਖ ਬਾਰੇ ਤੁਹਾਨੂੰ ਪਤਾ ਲੱਗ ਗਿਆ ਹੁਣ ਕਰਨਾਲ ਦੀ ਲੜਾਈ ਦੇ ਵਿੱਚ ਸੰਘਰਸ਼ ਪੱਖ ਆ ਕਿਸ ਪੌੜੀ ਵਿੱਚ ਪੇਸ਼ ਕੀਤਾ ਗਿਆ ਹੈ? ਵਾਰ ਨਦਰਸ਼ਾ ਨਜਾਬਤ ਦੀ ਰਚਨਾ ਹੈ। ਹਾਂਜੀ ਉਹ অপਸ਼ਨ ਹੈ ਜੀ 24 ਤੋਂ 38ਵੀਂ ਵਾਰ ਦੇ ਵਿੱਚ ਤੀਜੀ ਤੋਂ ਲੈ ਕੇ 15ਵੀਂ ਵਾਰ ਵਿੱਚ 86ਵੀਂ ਪੌੜੀ ਦੇ ਵਿੱਚ ਜਾਂ ਪਹਿਲੀ ਤੋਂ ਦੂਜੀ ਪੌੜੀ ਦੇ ਵਿੱਚ ਇਹ ਪੱਖ ਪੇਸ਼ ਕੀਤਾ ਗਿਆ ਹੈ। ਤਾਂ ਸਹੀ ਉੱਤਰ ਹੈ ਜੀ ਦਾ ਊੜਾ 24 ਤੋਂ ਲੈ ਕੇ 38ਵੀਂ ਪੌੜੀ ਦੇ ਵਿੱਚ ਇਹ ਸੰਘਰਸ਼ ਪੱਖ ਉਸ ਨੂੰ ਪੇਸ਼ ਕੀਤਾ ਗਿਆ ਨਜਾਬਤ ਦੀ ਵਾਰ ਦੇ ਵਿੱਚ ਜਾਂ ਵਾਰ ਨਦਰਸ਼ਾ ਵਿੱਚ 13ਵਾਂ ਪ੍ਰਸ਼ਨ ਜਿገ ਚੱਠਿਆਂ ਦੀ ਵਾਰ ਕਿਸ ਦੀ ਰਚਨਾ ਹੈ ਇਹ ਪ੍ਰਸ਼ਨ ਵੀ ਦੋਸਤੋ UGC NTA, NET NET ਦੇ ਵਿੱਚ ਪੁੱਛਿਆ ਜਾ ਚੁੱਕਿਆ ਹੈ ਚੱਠਿਆਂ ਦੀ ਵਾਰ ਕਿਸ ਦੀ ਰਚਨਾ ਹੈ ਕਵੀ ਸਿੱਧ ਜਿਉਣਾ ਕਵੀ ਪੀਰ ਮੁਹੰਮਦ ਮੁਹੰਮਦ ਬਖਸ਼ ਜਾਂ ਕਵੀ ਅਗਰਾ ਹਾਂਜੀ 13ਵੇਂ ਦਾ ਸਹੀ ਉੱਤਰ ਹੈ ਜਿਆੜਾ ਕਵੀ ਪੀਰ ਮੁਹੰਮਦ ਦੀ ਰਚਨਾ ਹੈ ਛੱਠਿਆਂ ਦੀ ਵਾਰ 14ਵਾਂ ਪ੍ਰਸ਼ਨ ਛੱਠਿਆਂ ਦੀ ਵਾਰ ਵਿੱਚ ਕਿੰਨੀਆਂ ਪੌੜੀਆਂ ਹਨ ਜਾਂ ਪ੍ਰਸ਼ਨ ਦੋਸਤੋ ਕਈ ਵਾਰ ਉਲਟ ਵੀ ਪਾ ਦਿੰਦੇ ਨੇ ਕਿ ਲਿਖਿਆ ਹੋਊਗਾ 옵ਸ਼ਨ ਵੀ ਇਹ ਪੌੜੀਆਂ ਕਿਸ ਵਾਰ ਵਿੱਚ ਹਨ ਤਾਂ ਜੇਕਰ ਤੁਸੀਂ ਧੀ ਚੰਗੀ ਤਰ੍ਹਾਂ ਤਿਆਰੀ ਆ ਤਾਂ ਪ੍ਰਸ਼ਨ ਜਿਵੇਂ ਮਰਜ਼ੀ ਆ ਜਾਏ ਤੁਸੀਂ ਜਰੂਰ ਸਹੀ ਉੱਤਰ ਦੇਵੋਗੇ ਹਾਂਜੀ ਛੱਠਿਆਂ ਦੀ ਵਾਰ ਵਿੱਚ ਕਿੰਨੀਆਂ ਪੌੜੀਆਂ ਨੇ ਊੜੇ ਦੇ ਵਿੱਚ 89 109 E21 ਜਾਂ 698 ਛੱਠਿਆਂ ਦੀ ਵਾਰ ਦੇ ਵਿੱਚ ਨੇ ਜੀ 6 ਆਪਸ਼ਨ 98 ਪੌੜੀਆਂ ਨੇ ਪੌੜੀਆਂ ਨਹੀਂ ਜਿਹਦੇ ਵਿੱਚ ਅਗਿਆ ਜੀ 15ਵਾਂ ਪ੍ਰਸ਼ਨ ਕਿਸ ਵਾਰ ਨੂੰ ਮਹਾ ਸਿੰਘ ਦੀ ਵਾਰ ਦੇ ਨਾਂ ਤੌਰ ਤੇ ਜਾਣਿਆ ਜਾਂਦਾ ਹੈ ਆਪਸ਼ਨ ਨੇ ਵਾਰ ਹਕੀਕਤ ਰਾਏ ਛੱਠਿਆਂ ਦੀ ਵਾਰ ਮੁਸੇ ਦੀ ਵਾਰ ਜਾਂ ਨਜਾਬਤ ਦੀ ਵਾਰ ਕਿਸ ਵਾਰ ਨੂੰ ਮਹਾਰਾਜਾ ਸਿੰਘ ਦੀ ਵਾਰ ਦੇ ਤੌਰ ਤੇ ਜਾਣਿਆ ਜਾਂਦਾ ਹੈ ਹਾਂਜੀ ਸਹੀ ਉੱਤਰ ਹੈ ਜਿਆੜਾ ਛੱਠਿਆਂ ਦੀ ਵਾਰ ਨੂੰ ਉਪਰੋਕਤ ਨਾਮ ਦੇ ਨਾਲ ਜਾਣਿਆ ਜਾਂਦਾ ਹੈ 16ਵਾਂ ਪ੍ਰਸ਼ਨ ਛੱਠਿਆਂ ਦੀ ਵਾਰ ਦੇ ਕਰਤਾ ਪੀਰ ਮੁਹੰਮਦ ਸੰਬੰਧੀ ਪ੍ਰਮਾਨ ਇੱਕ ਤਾਂ ਵਾਰ ਵਿੱਚੋਂ ਹੀ ਪ੍ਰਾਪਤ ਹੁੰਦੇ ਹਨ ਤੇ ਦੂਜਾ ਕਿੱਥੋਂ ਪ੍ਰਾਪਤ ਹੁੰਦੇ ਹਨ ਛੱਠਿਆਂ ਦੀ ਵਾਰ ਦੇ ਕਰਤਿਵਾਰੇ ਪੜਿਆ ਸੀ ਆਪਣੀ ਪੀਰ ਮੁਹੰਮਦ ਐ ਇਸ ਸੰਬੰਧੀ ਪ੍ਰਮਾਨ ਇੱਕ ਦਾ ਵਾਰ ਦੇ ਵਿੱਚ ਹੀ ਪ੍ਰਾਪਤ ਹੁੰਦੇ ਨੇ ਉਹਦਾ ਨਾਮ ਆਉਂਦਾ ਹੈ ਤੇ ਦੂਜੇ ਪ੍ਰਮਾਨ ਕਿੱਥੋਂ ਪ੍ਰਾਪਤ ਹੁੰਦੇ ਨੇ ਉਹਦੇ ਬਾਰੇ ਦੇਖਣਾ ਜਿਹਦੇ ਵਿੱਚੋਂ ਆਪਸ਼ਨ ਐ ਊੜਾ ਚੰਡੇ ਦੀ ਵਾਰ ਵਿੱਚੋਂ ਗੁਰੂ ਗੋਬਿੰਦ ਸਿੰਘ ਜੀ ਆੜਾ ਵਾਰ ਨਦਰਸ਼ਾ ਨਜਾਬਤ ਈੜੀ ਕਿੱਸਾ ਸੈਫੁਲ ਮਲੂਕ ਕਿੱਸਾਕਾਰ ਮੁਹੰਮਦ ਬਖਸ਼ ਜਾਂ ਉਪਰੋਕਤ ਵਿੱਚੋਂ ਕੋਈ ਨਹੀਂ ਹਾਂਜੀ 16ਵਾਂ ਦਾ ਸਹੀ ਉੱਤਰ ਹੈ ਜੀ ਈੜੀ ਕਿੱਸਾ ਸੈਫੁਲ ਮਲੂਕ ਦੇ ਵਿੱਚੋਂ ਜੋ ਕਿੱਸਾ ਕਰ ਮੁਹੰਮਦ ਬਖਸ਼ ਦੀ ਰਚਨਾ ਹੈ ਉਹਦੇ ਵਿੱਚੋਂ ਚੱਠਿਆਂ ਦੀ ਵਾਰ ਦਾ ਕਰਤਾ ਪੀਰ ਮੁਹੰਮਦ ਹੋਂ ਦੇ ਪ੍ਰਮਾਨ ਮਿਲਦੇ ਨੇ ਹਾਂਜੀ ਇਹ ਪ੍ਰਮਾਨ ਕੀਨੇ ਉਹ ਦੱਸ ਰਹੇ ਤੁਹਾਨੂੰ ਜੋ ਵਾਰ ਦੇ ਵਿੱਚੋਂ ਪ੍ਰਮਾਨ ਪ੍ਰਾਪਤ ਹੁੰਦੇ ਉਹਨੇ ਕਹਿ ਤੂ ਪੀਰ ਮੁਹੰਮਦਾ ਇੱਕ ਗੱਲ ਧਿਆਨ ਗਿਆਨ ਜਾਂ ਕਹਿ ਤੂ ਪੀਰ ਮੁਹੰਮਦਾ ਕੀ ਹਾਲ ਸਵਾਰਾ ਇਹ ਕਿੱਸੇ ਦੇ ਪ੍ਰਮਾਣ ਮਿਲਦੇ ਨੇ ਜੋ ਉਹਦੀ ਵਾਰ ਦੇ ਵਿੱਚੋਂ ਮਿਲਦੇ ਨੇ ਤੇ ਜੋ ਬਵਾ ਪ੍ਰਮਾਣ ਨੇ ਕਿੱਸਾ ਮੁਹੰਮਦ ਬਖਸ਼ ਦੇ ਵਿੱਚੋਂ ਮਿਲਦੇ ਨੇ ਕਿੱਸਾ ਕਰ ਉਹਨੇ ਜੀ ਦੂਜਾ ਪੀਰ ਮੁਹੰਮਦ ਛੱਠਾ ਮੌਜ ਨੂਨਾਵਾਲੀ ਛੱਠੇ ਦੀ ਇਸ ਵਾਰ ਬਣਾਈ ਮੁਹਰੀ ਪ੍ਰਿਯੋਸ ਥਾਲੀ ਤਾਂ ਇਸ ਤਰ੍ਹਾਂ ਇਹ ਪ੍ਰਮਾਣ ਪ੍ਰਾਪਤ ਹੁੰਦੇ ਨੇ ਸਤਾਰਮਾ ਪ੍ਰਸ਼ਨ ਚੌਧਰੀਆਂ ਦੀ ਵਾਰ ਨੂੰ ਕਿਸ ਨੇ ਸਭ ਤੋਂ ਪਹਿਲਾਂ ਲਿਖਤੀ ਰੂਪ ਪ੍ਰਦਾਨ ਕੀਤਾ ਹਾਂਜੀ অপਸ਼ਨ এ মোহাম্মদ বকশী শ্রী গুরু অর্জুন দেবজি কবি আগ্রা ਜਾਂ ਸਰਦਾਰ ਕਰਮ ਸਿੰਘ হিস্টোরিয়ান চৌধুরীਆਂ ਦੀ ਵਾਰ ਨੂੰ ਕਿਸ ਨੇ ਸਭ ਤੋਂ ਪਹਿਲਾਂ ਲਿਖਤੀ ਰੂਪ ਪ੍ਰਦਾਨ ਕੀਤਾ ਸਹੀ ਉੱਤਰ ਹੈ ਜੀ ਸ ਸਰਦਾਰ ਕਰਮ ਸਿੰਘ হিস্টোরিয়ান ਨੇ ਇਹਨਾਂ ਨੇ ਇਹ ਵਾਰ ਕਿਸੇ ਮੁਰਾਸੀ ਕੋਲੋਂ ਸੁਣ ਕੇ ਇਸ ਨੂੰ ਲਿਖਤੀ ਰੂਪ ਪ੍ਰਦਾਨ ਕੀਤਾ ਜਿਵੇਂ ਕਿ ਵਾਰ ਪਰੰਪਰਾ ਦੇ ਵਿੱਚ ਕਿ ਇਹ ਵਾਰ ਵੀ ਮੰਗਲਾ ਚਰਨ ਤੋਂ ਸ਼ੁਰੂ ਹੁੰਦੀ ਹੈ ਜਿਵੇਂ ਕਿ ਹੋਰ ਵਾਰਾਂ ਸ਼ੁਰੂ ਹੁੰਦੀਆਂ ਨੇ ਕਈ ਹਾਂਜੀ ਅੱਗੇ ਹੈ ਜੀ 18ਵਾਂ ਪ੍ਰਸ਼ਨ ਚੌਧਰੀਆਂ ਦੀ ਵਾਰ ਦਾ ਕਵੀ ਕੌਣ ਹੈ ਕਵੀ ਪੀਰ ਮੁਹੰਮਦ ਕਵੀ ਸਿੱਧਾ ਜਿਉਣਾ ਸਰਦਾਰ ਕਰਮ ਸਿੰਘ ਹਿਸਟੋਰੀਅਨ ਜਾਂ ਉਪਰੋਕਤ ਵਿੱਚੋਂ ਕੋਈ ਨਹੀਂ ਹਾਂਜੀ ਇਹਦੀ ਵਾਰ ਦਾ ਕਰਤਾ ਜੀ ਕਵੀ ਸਿੱਧਾ ਜਿਉਣਾ ਚੌਧਰੀਆਂ ਦੀ ਵਾਰ ਦਾ ਕਰਤਾ ਹੈ ਕਿਉਂਕਿ ਕਵੀ ਨੇ ਦੇ ਵਾਰ ਦੇ ਵਿੱਚ ਗਵਾਹੀ ਦਿੱਤੀ ਹੈ ਬਾਬੇ ਸਿੱਧ ਜਿਉਨ ਨੇ ਗਾਵਿਆ ਪੀਰ ਕਾਲੇ ਮਹਿਰ ਨੂੰ ਪਿਆਰਾ ਤਾਂ ਇਸ ਤੋਂ ਪਤਾ ਲੱਗਦਾ ਹੈ ਕਿ ਇਹ ਕਵੀ ਹੈ ਜੋ ਸਿੱਧ ਜਿਉਨ ਦਾ ਇਸ ਦਾ ਕਵੀ ਹੈ ਵਾਰ ਦਾ 19ਵਾਂ ਪ੍ਰਸ਼ਨ ਹੈ ਜੀ ਕਵੀ ਅਗਰਾ ਦੀ ਵਾਰ ਚੁਣੋ ਆਪਸ਼ਨ ਨੇ ਵਾਰ ਹਕੀਕਤ رائے ਵਾਰ ਸ਼੍ਰੀ ਰਾਮਚੰਦਰ ਜੀ ਲੱਭ ਕੁਸ਼ ਦੀ ਵਾਰ ਜਾਂ ਹਸਨੇ ਮਹਿਮੇ ਦੀ ਵਾਰ ਹਾਂਜੀ ਕਵੀ ਅਗਰੇ ਦੀ ਵਾਰ ਦਾ ਨਾਮ ਹੈ ਜੀ ਵਾਰ ਹਕੀਕਤ رائے 19ਵੇਂ ਦਾ ਉੜਾ ਉੱਤਰ ਸਹੀ ਹੈ ਅੱਗੇ ਹੈ ਜੀ ਬੀਮਾ ਪ੍ਰਸ਼ਨ ਵਾਰ ਸ਼੍ਰੀ ਰਾਮਚੰਦਰ ਜੀ ਕੀ ਕਿਸ ਦੀ ਰਚਨਾ ਹੈ অপਸ਼ਨ ਹੈ ਦੇਵੀ ਦਾਸ ਨਜਾਬਤ ਕਵੀ ਜਵਾਹਰ ਸਿੰਘ ਜਾਂ ਉਪਰੋਕਤ ਸਾਰੇ ਵਾਰ ਸ਼੍ਰੀ ਰਾਮਚੰਦਰ ਜੀ ਕੀ ਇਹ ਰਚਨਾ ਜੀ ਕਵੀ ਜਵਾਹਰ ਸਿੰਘ ਦੀ ਹਾਂ ਜੀ ਅੱਜ ਦੀ ਇਸ ਵੀਡੀਓ ਦੇ ਵਿੱਚ ਇੰਨਾ ਹੀ ਇਸ ਤੋਂ ਪਹਿਲਾਂ ਮੈਂ ਬੀਰ ਕਾਵਨ ਨਾਲ ਸੰਬੰਧਿਤ ਬਹੁਤ ਹੀ ਮਹੱਤਵਪੂਰਨ ਵੀਡੀਓ ਅਪਲੋਡ ਕਰ ਚੁੱਕੇ ਹਾਂ ਤੇ ਇਸ ਤੋਂ ਅਗਲੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਸਿੱਖ ਰਾਜ ਕਾਲ ਦੇ ਬੀਰ ਕਾਵ ਅਵਤਾਰਾਂ ਹਾਂਜੀ ਸੀਰੀਅਲ ਆਰਡਰ ਦੇ ਵਿੱਚ ਇਹ ਆਦਿਕਾਲ ਤੋਂ ਲੈ ਕੇ 1850 ਈਸਵੀ ਤੱਕ ਚੱਲਣ ਗਿਆ ਬੀਰ ਕਾਵ ਅਵਤਾਰਾਂ ਦੇ ਬਾਰੇ ਪੂਰੀ ਚਰਚਾ ਕਰਾਂਗੇ ਇਹਨਾਂ ਵੀਡੀਓਜ਼ ਦੇ ਵਿੱਚ ਇਹ ਪੂਰੀ ਵੀਡੀਓ ਸੀਰੀਜ਼ ਚੱਲ ਰਹੀ ਹੈ ਤਾਂ ਜੇਕਰ ਤੁਸੀਂ ਉਸ ਤੋਂ ਪਹਿਲਾਂ ਦੀ ਵੀਡੀਓਜ਼ ਨਹੀਂ ਦੇਖੀਆਂ ਤਾਂ ਵੀਡੀਓ ਨੂੰ ਜ਼ਰੂਰ ਦੇਖ ਲਓ ਤੇ ਇਸ ਤੋਂ ਇਲਾਵਾ ਨਾਥ ਜੋਗੇ ਨਾਲ ਸੰਬੰਧਿਤ ਐਮਸੀਕਾਓ ਪ੍ਰਸ਼ਨ ਤੇ ਨਾਥ ਜੋਗੀਆਂ ਨਾਲ ਚਾਰਟ ਨਾਲ ਸੰਬੰਧਿਤ ਵੀਡੀਓ ਮੈਂ ਪਹਿਲਾਂ ਹੀ ਅਪਲੋਡ ਕਰ ਚੁੱਕਿਆ ਉਹ ਵੀ ਜਰੂਰ ਦੇਖਿਓ ਤੇ ਦੋਸਤੋ ਜੇਕਰ ਤੁਸੀਂ ਮੇਰੇ ਚੈਨਲ ਦੇ ਉੱਪਰ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ